ਕੀਰਤਨ ਦੇ ਨਾਲ ਸਤਿਗੁਰੂ ਬਖਸ਼ਿਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मनत मत मान करे जे हां किछ जानदा मनत मत मान करे जे हां किछ जानदा शब्द मलको अंतर ज्ञान अवगत है सच शब्द मलको सच शब्द मलको मान करे जे हां किछ जानदा मन तू मत मान करे जे हां किछ जानदा सतगुर के फाणे लाग रहो सतगुर के फाणे कर है कार सतगुर के फाणे
जो कहे नानक पाप छट सुख पावे मन निमाना होए रहो सुख पावे मन निमाना होए रहो मन निमाना होए रहो मन निमाना होए रहो मन तो मत मान करे मन तो मत मान करे जे हाँ किछ जानता गुरमुख निमाना हो गुरमुख निमाना हो गुरमुख निमाना हो मन तो मत मान करे जे हाँ किछ जानदा जे हाँ किछ जानदा जे हाँ किछ बस मेरे प्यारिया बस मेरे गोविंदा बस मेरे प्यारिया बस मेरे गोविंदा बस मेरे प्यारिया बस मेरे गोविंदा हर कर कृपा मन बस जियो हर कर कृपा मन बस जियो बस मेरे प्यारिया बस मेरे गोविंदा बस मेरे प्यारिया बस मेरे गोविंदा Thank you.
बस
बस जियो हर कर कृपा मन बस जियो हर कर कृपा मन बस जियो हर कर कृपा मन बस जियो बस मेरे प्यारे मेरे गोविंदा हर पायड़ा वड पागी में मेरे प्यारे बस मेरे गोविंदा गुरु की साजी साथ संगत सतगुरु जी ने अपार बख्शिश रहमत सारियां ते कीती है इस समय तक जुड़ बैठे हो समा अपना सीमित ही है क्योंकि मेरे सत्कार योग वीर भाई गुरु कीरत सिंह जी बैठे हैं उन्होंने भी पावन रसना द्वारा आप जी नाल कीर्तन की सांझ पाउणी है सतगुरु बख्शिश रहमत करन ते ऐसे सुभाग समय बनते हैं जदों आपां गुरु की गल करते हैं सतगुरु जी ने रहमत की है
ਕਈ ਵਾਰ ਸਮੇਂ ਐਸੇ ਬਣਦੇ ਹਨ ਸਾਰਿਆਂ ਦਾ ਸਮਾਂ ਨਹੀਂ ਮਿਲਦਾ ਅਤੇ ਜਿੱਥੇ ਭਾਵਨਾ ਸੱਚੀ ਹੋਵੇ ਮਨ ਦੀ ਅਤੇ ਉੱਥੇ ਕਾਰਜ ਸਿਰੇ ਚੜ੍ਹਦੇ ਹਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਤੇ ਭਾਵਨਾ ਸੱਚੀ ਹੈ ਪਹਿਲਾਂ ਮੈਂ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਾਡੇ ਵੱਡੇ ਵੀਰ ਜਿਨ੍ਹਾਂ 'ਤੇ ਸਤਿਗੁਰੂ ਦੀ ਬੜੀ ਮਹਾਨ ਬਖਸ਼ਿਸ਼ ਰਹਿਮਤ ਹੈ ਪਰ ਉਹਨਾਂ ਦੇ ਨਿਮਰਤਾ ਮਨ ਦੀ ਇਤਨੀ ਹੈ ਕਿ ਉਹਨਾਂ ਵੱਲ ਦੇਖ ਕੇ ਬੜਾ ਕੁਝ ਸਿੱਖਣ ਨੂੰ ਮਿਲਿਆ ਹੈ ਭਾਵੇਂ ਦੁਨੀਆਂ ਦੇ ਵਿੱਚ ਇਤਨਾ ਰੁਤਬਾ ਵੀਰ ਜੀ ਨੇ ਕਮਾਇਆ ਹੈ ਪਰ ਆਪਾਂ ਰੱਤਾ ਕੁ ਵੀ ਉਹਨਾਂ ਦੇ ਵਿੱਚ ਹੰਕਾਰ ਅੱਜ ਤੱਕ ਨਹੀਂ ਦੇਖਿਆ ਅਤੇ ਸਤਿਗੁਰੂ ਜੀ ਦੀ ਰਹਿਮਤ ਆਪਾਂ ਰੋਜ਼ ਅਰਦਾਸ ਕਰਦੇ ਹਨ ਮਨ ਨੀਵਾਂ ਅਤੇ ਮਤ ਉੱਚੀ ਇਹਨੂੰ ਥੋੜ੍ਹਾ ਜਿਹਾ ਨਿਖੇੜ ਕੇ ਆਪਾਂ ਪੜ੍ਹੀਏ ਨਾ ਜਦੋਂ ਅਤੇ ਇਹ ਆਪਣੇ ਆਪ ਦੇ ਵਿੱਚ ਸਤਿਗੁਰੂ ਜੀ ਦੀ ਇੱਕ ਸਿੱਖਿਆ ਹੈ ਸਾਨੂੰ ਜਿਸਦਾ ਮਨ ਨੀਵਾਂ ਹੈ ਮਤ ਉੱਚ ਉਸੇ ਮਨੁੱਖ ਦੀ ਉੱਚੀ ਹੈ ਮਨ ਨੀਵਾਂ ਮਤ ਉੱਚੀ ਜਦੋਂ ਮਨ ਨੀਵਾਂ ਹੋ ਜਾਂਦਾ ਮਤ ਆਪੇ ਉੱਚੀ ਹੋ ਜਾਂਦੀ ਹੈ ਐਸੀ ਹੀ ਰਹਿਮਤ ਐਸੀ ਹੀ ਬਖਸ਼ਿਸ਼ ਮੇਰੇ ਸਤਿਕਾਰਯੋਗ ਵੀਰ ਹਰਦੀਪ ਸਿੰਘ ਜੀ ਨੌਜਵਾਨ ਵੀਰ ਪਰਮਿੰਦਰ ਸਿੰਘ ਜੀ ਹੋਰ ਵੀ ਨੌਜਵਾਨ ਇੱਥੇ ਬੈਠੇ ਹਨ ਜਿਨ੍ਹਾਂ ਦੇ ਮਨ ਵਿੱਚ ਚਾਓ ਹੈ ਜੁੜਨ ਅਤੇ ਜੋੜਨ ਦਾ ਸਤਿਗੁਰ ਦਇਆ ਕਰਨ ਜਿਹੜਾ ਇਹ ਮੰਤਵ ਲੈ ਕੇ ਚੱਲੇ ਹਨ ਉਹਦੇ ਵਿੱਚ ਸਤਿਗੁਰ ਇਹਨਾਂ ਨੂੰ ਪੂਰਨ ਤੌਰ 'ਤੇ ਕਾਮਯਾਬੀ ਬਖਸ਼ੀ ਰਹਿਮਤ ਸਤਿਗੁਰ ਕਰਨ ਸਾਰੇ ਵੀਰਾਂ 'ਤੇ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜ ਕੇ ਸੇਵਾ ਕਰਦੇ ਰਹਿਣ ਇੱਕ ਸ਼ਬਦ ਸੰਗਤ ਵੱਲੋਂ ਹੁਕਮ ਹੋਇਆ ਹੈ ਆਪਾਂ ਸਾਰਿਆਂ ਨੇ ਮਿਲ ਕੇ ਪੜ੍ਹ ਕੇ ਇਸ ਤੋਂ ਬਾਅਦ ਸਮਾਪਤੀ ਕਰ ਦੇਣੀ ਹੈ ਮਨੋਬ੍ਰਿਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਵਿੱਚ ਹਾਜ਼ਰ ਲਵਾਈਏ ਇਸ ਸ਼ਬਦ ਤੋਂ ਬਾਅਦ ਸਮਾਪਤੀ ਹੈ ਜੀ ਸਾਰੇ ਮਨੋਬ੍ਰਿਤੀਆਂ ਇਕਾਗਰ ਕਰੀਏ ਜੀ ਆਗੇ ਬਸਨ ਸੁਹੇਲਾ ਆਗੇ ਬਸਨ ਸੁਹੇਲਾ ਆਗੇ ਬਸਨ ਸੁਹੇਲਾ ਸਨ
संत टहल की बेला संत टहल की बेला यहाँ खाट चलो हर ला जाको आए
गुरु ते मन है बसेरा, हर गुरु ते मन है बसेरा, हर गुरु ते मन है बसेरा, हर गुरु ते मन है बसेरा, निज कर महल पावो सुख सहजे,
ਸੁਸਾਤ ਸੰਗਤ ਜੀ ਇਤਨੀ ਕੀ ਸੇਵਾ ਪ੍ਰਵਾਨ ਕਰਨੀ ਪਾਤਸ਼ਾਹ ਬਖਸ਼ਿਸ਼ ਰਹਿਮਤ ਕਰਨ ਸਾਰਿਆਂ ਤੇ ਪਾਤਸ਼ਾਹ ਰਹਿਮਤ ਵਰਤਾਵੇ ਸੱਚੀਆਂ ਦਾਤਾਂ ਗੁਰਸਿੱਖੀ ਜੀਵਨ ਨਿਤਨੇਮ ਦੀਦਾਰ ਅੰਮ੍ਰਿਤ ਵੇਲੇ ਦਾ ਜਾਗਣਾ ਐਸੀਆਂ ਸੱਚੀਆਂ ਦਾਤਾਂ ਸਤਿਗੁਰ ਸਾਰਿਆਂ ਦੇ ਚੋਲੇ ਵਿੱਚ ਪਾ ਕੇ ਨਿਵਾਜਣ ਸਾਰਿਆਂ ਦਾ ਧੰਨਵਾਦ ਕੀਰਤਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਸੰਗਤ ਗੁਰੂ ਰੂਪ ਹੈ ਬਖਸ਼ਣਹਾਰ ਹੈ ਬਖਸ਼ ਲੈਣਾ ਵਾਹਿਗੁਰੂ ਅੱਗੇ ਵਾਸਤੇ ਸਮਤ ਬਖਸ਼ੇ ਸਾਰੇ ਰਸਨਾ ਪਵਿੱਤਰ ਕਰੋ ਹਾਜ਼ਰੀ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਕੀਰਤਨ ਕਰਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰੇ ਜਿਹੜਾ ਇੱਥੇ ਅਤੇ ਉੱਥੇ ਲੋਕ ਅਤੇ ਪ੍ਰਲੋਕ ਵਿੱਚ ਸਹਾਇਤਾ ਕਰੇ ਬੜਾ ਮਿੱਠਾ ਕੀਰਤਨ ਆਪ ਜੀ ਨਾਲ ਸਾਂਝਾ ਕਰ ਰਹੇ ਸਨ ਭਾਈ ਸਾਹਿਬ ਓਂਕਾਰ ਸਿੰਘ ਜੀ ਹਜ਼ੂਰ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬੜੀ ਸਤਿਗੁਰੂ ਦੀ ਰਹਿਮਤ ਹੈ ਬਖਸ਼ਿਸ਼ ਹੈ ਇੱਕ ਬੜਾ ਪਿਆਰਾ ਜੱਥਾ ਭਾਈ ਸਾਹਿਬ ਗੁਰਕੀਰਤ ਸਿੰਘ ਜੀ ਹਜ਼ੂਰ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਬੜੀ ਸਤਿਗੁਰੂ ਦੀ ਰਹਿਮਤ ਅਤੇ ਬਖਸ਼ਿਸ਼ ਹੈ ਉਹਨਾਂ 'ਤੇ ਜਦੋਂ ਕੀਰਤਨ